ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਦਹੀਂ ਤੜਕਾ ਬਣਾ ਕੇ ਤਿਆਰ ਕਰਾਂਗੇ। ਗਰਮੀਆਂ ਦੀ ਇਹ ਇੱਕ ਸਪੈਸ਼ਲ ਸਬਜ਼ੀ ਆ ਜਿਹਨੂੰ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਘੱਟ ਲੱਗਦਾ ਆ ਅਤੇ ਖਾਣ ਦੇ ਵਿੱਚ ਇਹਦਾ ਸਵਾਦ ਬਹੁਤ ਵਧੀਆ ਹੁੰਦਾ ਆ, ਕਿਉਂਕਿ ਗਰਮੀਆਂ ਦੇ ਵਿੱਚ ਸਾਨੂੰ ਹੁੰਦਾ ਆ ਕਿ ਅਸੀਂ ਕੁਛ ਇੱਦਾਂ ਦੀ ਸਬਜ਼ੀ ਬਣਾਈਏ ਜਿਹੜੀ ਫਟਾਫਟ ਬਣ ਕੇ ਤਿਆਰ ਹੋ ਜਾਵੇ। ਅਤੇ ਦਹੀਂ ਤੜਕਾ ਸਭ ਤੋਂ ਛੇਤੀ ਬਣਨ ਵਾਲੀ ਸਬਜ਼ੀ ਆ। ਇਹਨੂੰ ਆਪਾਂ ਬਣਾਉਣ ਵਾਸਤੇ 1 ਕਿਲੋ ਦਹੀਂ ਲਿਆ ਆ। ਦਹੀਂ ਨੂੰ ਅਸੀਂ ਛਾਣਨੀ ਦੇ ਵਿੱਚ ਪਾ ਕੇ 1.5-2 ਘੰਟੇ ਵਾਸਤੇ ਰੱਖਤਾ। ਦਹੀਂ ਦੇ ਵਿੱਚ ਜਿੰਨਾ ਵੀ ਪਾਣੀ ਸੀ ਸਾਰਾ ਪਾਣੀ ਨਿਕਲ ਗਿਆ। 1 ਕਿਲੋ ਦਹੀਂ ਹੁਣ 1/2 ਕਿਲੋ ਰਹਿ ਗਿਆ। ਅਤੇ ਦਹੀਂ ਜਿਹੜਾ ਆ ਬਿਲਕੁਲ ਵੀ ਖੱਟਾ ਨਹੀਂ ਹੋਣਾ ਚਾਹੀਦਾ, ਫਿਰ ਹੀ ਤੁਹਾਡੀ ਸਬਜ਼ੀ ਸਵਾਦ ਬਣੂਗੀ। ਅਤੇ ਕਈ ਵਾਰੀ ਬਹੁਤ ਸਾਰੇ ਕਮੈਂਟ ਇੱਦਾਂ ਦੇ ਆਉਂਦੇ ਆ ਕਿ ਜਦੋਂ ਅਸੀਂ ਦਹੀਂ ਤੜਕਾ ਬਣਾਉਂਦੇ ਹਾਂ ਅਤੇ ਦਹੀਂ ਸਾਡਾ ਫਟ ਜਾਂਦਾ ਆ। ਅੱਜ ਦੀ ਵੀਡੀਓ ਦੇਖਣ ਤੋਂ ਬਾਅਦ ਤੁਹਾਡਾ ਜਿਹੜਾ ਦਹੀਂ ਤੜਕਾ ਆ ਉਹ ਕਦੀ ਵੀ ਨਹੀਂ ਫਟੂਗਾ ਜੇ ਤੁਸੀਂ ਵੀਡੀਓ ਨੂੰ ਪੂਰਾ ਦੇਖ ਕੇ ਦਹੀਂ ਦੀ ਸਬਜ਼ੀ ਬਣਾਓਗੇ। 1.5-2 ਘੰਟੇ ਬਾਅਦ ਦਹੀਂ ਤਿਆਰ ਆ ਸਾਡਾ। ਆ ਦੇਖੋ 1 ਕਿਲੋ ਲਿਆ ਸੀ, ਇੰਨਾ ਪਾਣੀ ਇਹਦੇ ਵਿੱਚੋਂ ਨਿਕਲਿਆ। ਇਹ ਜਿਹੜਾ ਦਹੀਂ ਆ 1/2 ਕਿਲੋ ਦੇ ਕਰੀਬ ਹੀ ਹੋਣਾ ਆ। ਇਹਨੂੰ ਅਸੀਂ ਡੋਂਗੇ 'ਚ ਕੱਢ ਲੈਣਾ। ਦਹੀਂ ਹੁਣ ਕਾਫੀ ਜ਼ਿਆਦਾ ਸਖਤ ਹੋ ਗਿਆ, ਅਸੀਂ ਇਹਨੂੰ ਥੋੜ੍ਹਾ ਜਿਹਾ ਪਤਲਾ ਕਰਨਾ ਆ। ਪਤਲਾ ਕਰਨ ਵਾਸਤੇ ਅਸੀਂ ਇਹਦੇ ਵਿੱਚ ਪਾਵਾਂਗੇ ਪਾਣੀ। 3-4 ਚਮਚੇ ਅਸੀਂ ਇਹਦੇ ਵਿੱਚ ਪਾਣੀ ਦੇ ਵੱਡੇ ਪਾ ਦਿੱਤੇ। ਹੁਣ ਇਹਨੂੰ ਅਸੀਂ ਮਿਲਾ ਲੈਣਾ ਆ ਚੰਗੇ ਤਰੀਕੇ ਦੇ ਨਾਲ। ਅਸੀਂ ਦਹੀਂ ਨੂੰ ਮਿਲਾਉਣਾ ਆ। ਦਹੀਂ ਦੇ ਵਿੱਚ ਕੋਈ ਵੀ ਆ ਜਿਹੜੀ ਡਲੀ ਆ ਕੋਈ ਨਜ਼ਰ ਨਹੀਂ ਆਉਣੀ ਚਾਹੀਦੀ। ਦਹੀਂ ਨੂੰ 4-5 ਮਿੰਟ ਤੱਕ ਚੰਗੀ ਤਰ੍ਹਾਂ ਫੈਂਟ ਲਿਆ। ਆ ਦੇਖੋ ਦਹੀਂ ਹਜੇ ਵੀ ਆਪਾਂ ਨੂੰ ਥੋੜ੍ਹਾ ਜਿਹਾ ਗਾੜਾ ਲੱਗਦਾ ਆ। ਅਸੀਂ ਇਹ 'ਚ ਥੋੜ੍ਹਾ ਹੋਰ ਪਾਣੀ ਪਾ ਦੇਣਾ, ਕਿਉਂਕਿ ਜਦੋਂ ਤੜਕਾ ਪਾਉਣਾ ਆ ਫਿਰ ਇਹਨੇ ਹੋਰ ਗਾੜਾ ਹੋ ਜਾਣਾ ਆ। 1/4 ਕੌਲੀ ਆਪਾਂ ਪਾਣੀ ਵੀ ਪਾ ਦਿੱਤੀ ਆ, ਬਾਕੀ ਤੁਸੀਂ ਆਪਣੇ ਹਿਸਾਬ ਨਾਲ ਦੇਖ ਸਕਦੇ ਹੋ ਕਿੰਨਾ ਕੁ ਪਾਣੀ ਪਾਉਣਾ ਆ। ਜਿਹੜਾ ਇਹ ਦਹੀਂ ਦੇ ਵਿੱਚੋਂ ਪਾਣੀ ਨਿਕਲਿਆ ਆ ਇਹ ਤੁਸੀਂ ਕੜੀ ਬਣਾਉਣ ਦੇ ਵਿੱਚ ਵੀ ਇਸਤੇਮਾਲ ਕਰ ਸਕਦੇ ਹੋ। ਲੱਸੀ ਬਣਾਉਣਾ ਚਾਹੋ ਤਾਂ ਇਹਦੀ ਲੱਸੀ ਵੀ ਬਣਾ ਸਕਦੇ ਹੋ। ਹੁਣ ਆਪਾਂ ਤੜਕਾ ਲਾਉਂਦੇ ਹਾਂ, ਕੜਾਹੀ ਰੱਖ ਦਾਂਗੇ। ਕੜਾਹੀ ਦੇ ਵਿੱਚ ਪਾ ਦਾਂਗੇ ਸਰੋਂ ਦਾ ਤੇਲ। ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ, ਇਹਦੀ ਕੁੜੱਤਣ ਕੱਢ ਲੈਣੀ ਹੈ। ਜਦੋਂ ਇਹਦੀ ਕੁੜੱਤਣ ਨਿਕਲ ਜੂਗੀ ਉਸ ਤੋਂ ਬਾਅਦ ਆਪਾਂ ਇਹਨੂੰ ਥੋੜ੍ਹਾ ਜਿਹਾ ਠੰਡਾ ਕਰਾਂਗੇ। ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲਿਆ, ਧੂੰਆਂ ਨਿਕਲਣ ਲੱਗ ਗਿਆ ਤੇਲ ਦੇ ਵਿੱਚੋਂ। ਹੁਣ ਅਸੀਂ ਇਹਦੇ ਵਿੱਚ ਪਾ ਦੇਣਾ ਆ 1 ਚਮਚਾ ਜੀਰਾ, 1 ਚਮਚਾ ਬਰੀਕ ਕੱਟਿਆ ਲਸਣ। ਲਸਣ ਭੁੰਨ ਹੋ ਗਿਆ। ਹੁਣ ਇਹਦੇ ਵਿੱਚ ਆਪਾਂ ਪਾਉਣੇ ਆ 3 ਪਿਆਜ਼। ਪਿਆਜ਼ ਜਿਹੜੇ ਆ ਮੈਂ ਬਹੁਤ ਜ਼ਿਆਦਾ ਮੋਟੇ ਨਹੀਂ ਕੱਟੇ, ਦੇਖੋ ਬਰੀਕ ਪਿਆਜ਼ ਆਪਾਂ ਕੱਟ ਕੇ ਤਿਆਰ ਕੀਤੇ ਆ। ਪਿਆਜ਼ ਦੀ ਮਾਤਰਾ ਤੁਸੀਂ ਤੜਕੇ ਦੇ ਵਿੱਚ ਜ਼ਿਆਦਾ ਪਾਉਣੀ ਆ, ਜਿੰਨਾ ਪਿਆਜ਼ ਪਾਓਗੇ ਫਿਰ ਤੜਕਾ ਉਨਾ ਹੀ ਜ਼ਿਆਦਾ ਸਾਡਾ ਸਵਾਦ ਬਣੂਗਾ। ਪਿਆਜ਼ ਨੂੰ 4-5 ਮਿੰਟ ਤੱਕ ਆਪਾਂ ਭੁੰਨਣਾ ਆ, ਜ਼ਿਆਦਾ ਲਾਲ ਨਹੀਂ ਕਰਨਾ। 4-5 ਮਿੰਟ ਲਈ ਅਸੀਂ ਪਿਆਜ਼ ਨੂੰ ਭੁੰਨ ਲਿਆ। ਹੁਣ ਆਪਾਂ ਇਹਦੇ ਵਿੱਚ ਪਾ ਦੇਣੀਆਂ ਆ 2 ਹਰੀਆਂ ਮਿਰਚਾਂ। ਮਿਰਚਾਂ ਨੂੰ ਮੈਂ ਇੱਦਾਂ ਲੰਬਾਈ ਦੇ ਵਿੱਚ ਕੱਟ ਕੇ 1 ਮਿਰਚ ਦੇ 4 ਟੁਕੜੇ ਕੀਤੇ ਆ। ਤੁਸੀਂ ਬਰੀਕ ਕੱਟਣੀਆਂ ਚਾਹੋ ਤਾਂ ਬਰੀਕ ਵੀ ਕੱਟ ਸਕਦੇ ਹੋ। 1 ਪਾ ਦਾਂਗੇ ਟਮਾਟਰ।
2 ਤੋਂ 3 ਮਿੰਟ ਹੋ ਗਏ ਆ ਟਮਾਟਰ ਨੂੰ ਸਾਨੂੰ ਭੁੰਨਦੇ ਹੋਏ। ਟਮਾਟਰ ਨੂੰ ਅਸੀਂ ਥੋੜ੍ਹੇ ਜਿਹੇ ਹੋਰ ਨਰਮ ਕਰਨਾ ਆ ਅਤੇ ਥੋੜ੍ਹਾ ਥੋੜ੍ਹਾ ਇਹਦੇ ਟਮਾਟਰਾਂ ਨੂੰ ਆਪਾਂ ਦੱਬ ਦੇਣਾ ਆ। ਜੇ ਟਮਾਟਰ ਫੇ ਹੁੰਦੇ ਹੋਊਗੇ ਤਾਂ ਇਹਨਾਂ ਨੂੰ ਆਪਾਂ ਫੇ ਦਾਂਗੇ। ਟਮਾਟਰਾਂ ਨੂੰ ਪੂਰੀ ਤਰੀਕੇ ਦੇ ਨਾਲ ਨਰਮ ਕਰ ਲਿਆ। ਹੁਣ ਅਸੀਂ ਇਹਦੇ ਵਿੱਚ ਸੁੱਕੇ ਮਸਾਲੇ ਪਾ ਦੇਣੇ ਆ। ਅੱਧਾ ਚਮਚਾ ਪਾਵਾਂਗੇ ਲੂਣ ਦਾ, ਤੁਸੀਂ ਸਵਾਦ ਦੇ ਹਿਸਾਬ ਨਾਲ ਲੂਣ ਪਾ ਲੈਣਾ ਆ। ਚੌਥਾ ਹਿੱਸਾ ਚਮਚੇ ਦਾ ਹਲਦੀ ਪਾਊਡਰ, ਚੌਥਾ ਹਿੱਸਾ ਚਮਚੇ ਦਾ ਲਾਲ ਮਿਰਚ ਦਾ ਪਾਊਡਰ, ਅੱਧਾ ਚਮਚਾ ਕਸ਼ਮੀਰੀ ਲਾਲ ਮਿਰਚ ਪਾਊਡਰ, ਅੱਧਾ ਚਮਚਾ ਭੁੰਨੇ ਹੋਏ ਜੀਰੇ ਦਾ ਪਾਊਡਰ। ਜ਼ਿਆਦਾ ਨਹੀਂ ਆਪਾਂ ਇਹਦੇ ਵਿੱਚ ਮਸਾਲੇ ਮਿਲਾਉਣੇ, ਚੰਗੀ ਤਰ੍ਹਾਂ ਮਿਲਾ ਦਾਂਗੇ। ਮਸਾਲਿਆਂ ਨੂੰ ਆਪਾਂ 1-2 ਮਿੰਟ ਤੱਕ ਭੁੰਨ ਲਿਆ। ਹੁਣ ਅਖੀਰ ਦੇ ਵਿੱਚ ਅਸੀਂ ਇਹਦੇ ਵਿੱਚ ਪਾ ਦੇਣਾ ਆ 2-3 ਚਮਚੇ ਬਰੀਕ ਕੱਟਿਆ ਹੋਇਆ ਹਰਾ ਧਨੀਆ, ਮਿਲਾ ਦਾਂਗੇ। ਹੁਣ ਮਸਾਲੇ ਨੂੰ ਆਪਾਂ ਥੱਲੇ ਤਾਰ ਲੈਣਾ ਆ। ਥੱਲੇ ਤਾਰ ਕੇ ਅਸੀਂ ਮਸਾਲਾ ਠੰਡਾ ਕਰ ਲੈਣਾ ਆ। ਜੇ ਤਾਂ ਮਸਾਲਾ ਤੁਹਾਡਾ ਸਟੀਲ ਦੇ ਭਾਂਡੇ ਦੇ ਵਿੱਚ ਭੁੰਨਿਆ ਹੋਵੇ ਫਿਰ ਤੁਸੀਂ ਕੀ ਕਰਨਾ, ਜਦੋਂ ਉਹ ਠੰਡਾ ਹੋ ਜਾਵੇ ਤਾਂ ਉਹਦੇ ਵਿੱਚ ਹੀ ਫਰਾਈ ਪੈਨ ਦੇ ਵਿੱਚ ਹੀ ਤੁਸੀਂ ਦਹੀਂ ਪਾ ਸਕਦੇ ਹੋ। ਮਿੱਟੀ ਦੇ ਭਾਂਡੇ ਦੇ ਵਿੱਚ ਕੀ ਹੁੰਦਾ ਕਿ ਮਿੱਟੀ ਦਾ ਭਾਂਡਾ ਠੰਡਾ ਹੋਣ ਨੂੰ ਕਾਫੀ ਟਾਈਮ ਲੈਂਦਾ ਆ। ਅਸੀਂ ਇਸ ਮਸਾਲੇ ਨੂੰ ਠੰਡਾ ਕਰਨ ਤੋਂ ਬਾਅਦ ਡੋਂਗੇ ਦੇ ਵਿੱਚ ਹੀ ਕੱਢ ਦਾਂਗੇ ਜਿਹਦੇ ਵਿੱਚ ਆਪਾਂ ਦਹੀਂ ਪਾਇਆ ਹੋਇਆ ਆ। ਜੇ ਤੁਹਾਡਾ ਮਸਾਲਾ ਭਾਂਡੇ ਦੇ ਵਿੱਚ ਪੂਰੀ ਤਰ੍ਹਾਂ ਠੰਡਾ ਹੋ ਜਾਵੇ, ਭਾਂਡਾ ਵੀ ਠੰਡਾ ਹੋਣਾ ਚਾਹੀਦਾ ਆ ਤੁਹਾਡਾ ਉਹ, ਅਤੇ ਦਹੀਂ ਜਿਹੜਾ ਮਸਾਲਾ ਆ ਉਹ ਵੀ ਪੂਰੀ ਤਰ੍ਹਾਂ ਠੰਡਾ ਹੋਣਾ ਚਾਹੀਦਾ, ਫਿਰ ਤੁਸੀਂ ਉਹਦੇ ਵਿੱਚ ਦਹੀਂ ਮਿਲਾ ਦੇਣਾ ਆ। ਫਿਰ ਦਹੀਂ ਫਟੂਗਾ ਵੀ ਨਹੀਂ ਅਤੇ ਤੁਹਾਡਾ ਜਿਹੜਾ ਦਹੀਂ ਤੜਕਾ ਆ ਬਹੁਤ ਵਧੀਆ ਬਣੂਗਾ। ਹੁਣ ਆਪਾਂ ਮਸਾਲੇ ਨੂੰ ਪਹਿਲਾਂ ਠੰਡਾ ਕਰਾਂਗੇ, ਜਦੋਂ ਇਹ ਪੂਰੀ ਤਰ੍ਹਾਂ ਠੰਡਾ ਹੋ ਜੂਗਾ ਉਸ ਤੋਂ ਬਾਅਦ ਅਸੀਂ ਇਹਨੂੰ ਡੋਂਗੇ ਦੇ ਵਿੱਚ ਜਿਹੜਾ ਦਹੀਂ ਰੱਖਿਆ ਆ ਉਹਦੇ ਵਿੱਚ ਹੀ ਫਿਰ ਆਪਾਂ ਮਿਲਾ ਦੇਣਾ ਆ। ਮਸਾਲੇ ਨੂੰ ਚੰਗੀ ਤਰ੍ਹਾਂ ਠੰਡਾ ਕਰ ਲਿਆ, ਇਹਨੂੰ ਅਸੀਂ ਦਹੀਂ 'ਚ ਮਿਲਾ ਦੇਣਾ। ਚੰਗੇ ਤਰੀਕੇ ਦੇ ਨਾਲ ਆਪਾਂ ਇਹਨੂੰ ਮਿਲਾ ਤਾ। ਹੁਣ ਅਸੀਂ ਇਹਦੇ ਉੱਪਰ ਥੋੜ੍ਹਾ ਜਿਹਾ ਪਾ ਦਾਂਗੇ ਹਰਾ ਧਨੀਆ, ਮਿਲਾ ਦਾਂਗੇ। ਦਹੀਂ ਤੜਕਾ ਤਿਆਰ ਆ ਬਣ ਕੇ, ਦੇਖੋ ਦਹੀਂ ਤੜਕਾ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਇਆ ਆ। ਤੁਸੀਂ ਇਹਨੂੰ ਇਸੇ ਤਰੀਕੇ ਦੇ ਨਾਲ ਬਣਾ ਕੇ ਖਾਇਓ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਚੈਨਲ 'ਤੇ ਜੇ ਪਹਿਲੀ ਵਾਰੀ ਵੀਡੀਓ ਦੇਖਦੇ ਪਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।